ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਅੱਜ ਪਹੁੰਚੇ ਹੋ ਦੀਪ ਸਿੱਧੂ ਜੀ ਦੇ ਭੋਗ ਤੇ, ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਜੋ ਮੰਦਭਾਗੀ ਘਟਨਾ ਹੋਈ ਹੈ ਜੀ? ਘਟਨਾ ਤਾਂ ਭਾਅ ਜੀ ਬਹੁਤ ਮਾੜੀ ਹੋਈ ਹੈ। ਹਾਂਜੀ, ਬਹੁਤ ਘਾਟਾ ਪਿਆ ਕੌਮ। ਹਾਂਜੀ, ਜਿਹੜਾ ਨਹੀਂ ਪੈਣਾ ਚਾਹੀਦਾ। ਹਾਂਜੀ, ਬਹੁਤ ਜ਼ਿਆਦਾ ਘਾਟਾ ਪਿਆ, ਕੁਛ ਕਹਿ ਨਹੀਂ ਸਕਦਾ। ਬੜਾ ਦੁੱਖ ਆ ਜੀ। ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਨੂੰ ਨਿਵਾਸ ਦੇਣ ਅਤੇ ਕੌਮ ਨੂੰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਹਾਂਜੀ, ਦੂਜਾ ਨੰਬਰ ਜਿਹੜੀਆਂ ਸਰਕਾਰਾਂ ਸਾਡੇ ਨਾਲ ਸਿੱਖਾਂ ਨਾਲ ਇੰਨਾ ਮਾੜਾ ਕਰਦੀਆਂ ਨਾ, ਇਹ ਮਾੜੀ ਗੱਲ ਆ, ਇਹ ਸਿੱਖਾਂ ਨਾਲ ਹੀ ਮਾੜਾ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਧੰਨਵਾਦ। ਜੇ ਕੋਈ ਸ਼ਹੀਦ ਦੀ ਬਹੁਤ ਵਧੀਆ, ਬਾਬਾ ਦੀਪ ਸਿੰਘ ਜੀ, ਪਤਾ ਕੀ ਹੈ, ਹੋ ਸਕਦਾ ਕਿਸੇ ਨੇ ਮਾਰਿਆ ਹੀ ਹੈ, ਇਹ ਤਾਂ ਬਹੁਤ ਵਧੀਆ ਹੀਰਾ ਬੰਦਾ ਸੀ ਜੀ। ਹਾਂਜੀ, ਦੁਨੀਆਂ 'ਚ ਪੂਰਾ ਲੋਕਾਂ ਦੇ ਅੱਖਾਂ 'ਚ ਲੜਕਦਾ ਸੀ, ਉਹਨੇ ਕਰਦਾ ਇਹ ਕੰਮ, ਵਾਹਿਗੁਰੂ ਜਾਣਦਾ ਜੀ। ਵੀ ਤੁਸੀਂ ਕਿਵੇਂ ਸੋਚਦੇ, ਘਟਨਾ ਇੱਕ ਐਕਸੀਡੈਂਟ ਹੈ ਕਿ ਸਾਜ਼ਿਸ਼? ਵਾਪਰੀ ਜੀ, ਐਕਸੀਡੈਂਟ ਦਾ ਕੋਈ ਮਤਲਬ ਹੀ ਨਹੀਂ, ਐਕਸੀਡੈਂਟ ਕਾਹਦਾ ਹੋ ਗਈ, ਅੱਗੇ ਰੋਜ਼ ਬੰਬੇ ਜਾਂਦਾ ਸੀ, ਰੋਜ਼ ਗੱਡੀ, ਡੇਲੀ ਗੱਡੀ ਚਲਾਉਂਦਾ ਸੀ ਜੀ, ਉਹ ਐਕਸੀਡੈਂਟ ਨਾਲ ਕੋਈ ਕੰਮ ਹੀ ਨਹੀਂ ਹੈਗਾ, ਕੋਈ ਘਟਨਾ ਵਾਪਰੀ ਹੈ ਜੀ ਉਹਦੇ ਨਾਲ। ਵਾਹਿਗੁਰੂ, ਧੰਨਵਾਦ। ਠੀਕ ਆ ਖਾਲਸਾ। ਬਾਬਾ ਜੀ ਤੁਸੀਂ ਕੀ ਸੋਚਦੇ ਇਸ ਘਟਨਾ ਬਾਰੇ ਜੋ ਵੀ ਹੈ ਮੰਦਭਾਗੀ ਘਟਨਾ ਹੋਈ ਹੈ? ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ। ਅੱਜ ਸ਼ਹੀਦਾਂ ਦੀ ਧਰਤੀ 'ਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਪਵਿੱਤਰ ਧਰਤੀ ਸ਼ਹੀਦਾਂ ਦੀ, ਉਹਦੇ ਉੱਤੇ ਅੱਜ ਸਾਡੇ ਛੋਟੇ ਵੀਰ ਸੰਦੀਪ ਸਿੰਘ, ਦੀਪ ਸਿੱਧੂ ਦੀ ਅੱਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਹਾਂ। ਗੁਰੂ ਸਾਹਿਬ ਦੇ ਚਰਨਾਂ ਦੀ ਬੇਨਤੀ ਅਰਦਾਸ ਆ ਕਿ ਉਹਨੂੰ ਸਦਾ ਹੀ ਆਪਣੇ ਚਰਨਾਂ ਦੇ ਉੱਤੇ ਨਿਵਾਸ ਬਖਸ਼ ਕਰਨ। ਅੱਜ ਸਰਕਾਰਾਂ ਨੇ, ਪੰਚ ਦੇ ਲੋਕੀਆਂ ਨੇ, ਏਜੰਸੀਆਂ ਨੇ ਸਾਥੋਂ ਇੱਕ ਵੀਰ ਖੋਲਿਆ, ਬੇਸ਼ੱਕ ਸਰੀਰ ਕਰਕੇ ਉਹ ਸਾਥੋਂ ਦੂਰ ਚਲੇਗਾ, ਪਰ ਉਹਦਾ ਜਿਹੜੀ ਸੋਚ ਆ ਸਾਡੇ ਵਿੱਚ ਵੱਸਦੀ, ਸਾਡੇ ਹਿਰਦੇ ਦੇ ਵਿੱਚੋਂ ਵੱਸਦਾ, ਸਦਾ ਹੀ ਜਿਉਂਦਾ ਰਹੂਗਾ, ਜਿੰਨਾ ਚਿਰ ਅਸੀਂ ਜਿਉਂਦੇ ਰਹਾਂਗੇ ਸਦਾ ਹੀ ਉਹਦੀ ਸੋਚ ਨੂੰ ਜਿਉਂਦੇ ਰਹਾਂਗੇ। ਮੈਂ ਨੌਜਵਾਨਾਂ ਨੂੰ ਬੇਨਤੀ ਕਰੂੰਗਾ, ਉਹਦੇ ਵਿੱਚ ਐਸਾ ਕੀ ਸੀਗਾ ਕਿ 2 ਸਾਲਾਂ ਦੇ ਵਿੱਚ ਸਾਡੇ ਵਿੱਚ ਆ ਕੇ ਕਿਸਾਨੀ ਦੇ ਮੋਰਚੇ ਦੇ ਵਿੱਚ ਵੱਡਾ ਯੋਗਦਾਨ ਪਾਇਆ, ਐਸਾ ਉਹਦੇ ਵਿੱਚ ਕੀ ਸੀ ਵੀ ਨੌਜਵਾਨਾਂ ਨੂੰ, ਕੌਮ ਨੂੰ ਉਹਨੇ ਬਲੁੰਦਰ ਕੇ ਰੱਖਤਾ, ਝੰਜੋੜ ਕੇ ਰੱਖਤਾ, ਜਿੱਥੇ ਅੱਜ ਸਾਰਿਆਂ ਦੇ ਹਿਰਦੇ ਬਲੁੰਦਰੇ ਪਏ ਨੇ, ਉੱਥੇ ਸਾਰਿਆਂ ਦੇ ਜਿਹੜੇ ਦੁਖੀ ਮਨ ਨੇ ਉਹਦੇ ਜਾਣ ਦੇ ਨਾਲ, ਹਰ ਕੌਮ ਦੇ ਗਦਾਰਾਂ ਨੇ, ਕੌਮ ਦੇ ਦੁਸ਼ਮਣਾਂ ਨੇ, ਸਰਕਾਰਾਂ ਨੇ, ਏਜੰਸੀਆਂ ਤੋਂ ਸਾਥੋਂ ਇੱਕ ਦੀਪ ਸਿੱਧੂ ਹੋਏ ਆ, ਅਸੀਂ ਕਰ ਦੀਪ ਸਿੱਧੂ ਪੈਦਾ ਕਰ ਦਿਆਂਗੇ। ਦੀਪ ਸਿੱਧੂ ਦੀ ਸੋਚ 'ਤੇ ਪੈਰਾਂ ਦਊਂਗੇ? ਅਸੀਂ ਦੀਪ ਸਿੱਧੂ ਦੀ ਸੋਚ 'ਤੇ ਪੈਰਾਂ ਖੋ ਕੇ ਦੇਵਾਂਗੇ, ਕਹਿਣ ਨਾਲ ਨਹੀਂ, ਉਹ ਸਾਡਾ ਬੱਚਾ ਸੀਗਾ, ਉਹ ਸਾਡਾ ਛੋਟਾ ਵੀਰ ਸੀ, ਸਾਡੇ ਨਾਲ ਰਿਹਾ, ਸਾਨੂੰ ਜੋ ਸਾਡੇ ਨਾਲ ਗੱਲਾਂ ਹੋਈਆਂ ਨੇ ਉਹਨੇ ਕਿਹਾ, ਕਦੇ ਵੀ ਅਸੀਂ ਪੰਥ ਵਾਸਤੇ, ਕੌਮ ਵਾਸਤੇ, ਬੇਅਦਬੀਆਂ ਵਾਸਤੇ, ਬੰਦੀ ਸਿੰਘਾਂ ਵਾਸਤੇ ਕਦੇ ਵੀ ਸਮਝੌਤਾ ਨਹੀਂ ਕਰਾਂਗੇ ਸਰਕਾਰਾਂ ਨਾਲ। ਜੀਵਨ 'ਚ ਤਬਦੀਲੀ ਆ ਜਾਣੀ, ਤੁਸੀਂ ਕਿਵੇਂ ਦੇਖੋ? ਉਹੀ ਗੱਲ ਕਰਦਾ ਨਾ, 26 ਜਨਵਰੀ ਤੋਂ ਬਾਅਦ ਅੱਜ ਜਿਹੜੇ ਡੀਂਗਾ ਮਾਰਦੇ ਨੇ ਉਹਦੇ ਦਾਅਵੇ ਕਰ ਰਹੇ ਨੇ ਅਸੀਂ ਦੀਪ ਦੇ ਵਾਰਸ, ਉਦੋਂ ਕੌਣ ਕਿਹੜਾ ਖੜਿਆ ਉਹਦੇ ਨਾਲ? ਜਾਂ ਤਾਂ ਸਾਰੇ ਭੱਜ ਗਏ ਸੀਗੇ, ਸਾਰਿਆਂ ਨੂੰ ਪਤਾ ਵੀ ਕੌਣ ਖੜਾ ਸੀ, ਅਸੀਂ ਇੱਕ ਟੋਕਾ ਦਾ ਸਾਹ ਦਿੱਤਾ, ਅਸੀਂ ਕਿਹਾ ਵੀ ਸਾਡਾ ਉਹ ਸਟੇਜਾਂ ਦੇ ਉੱਤੋਂ ਜਿਹੜੇ ਸਟੇਜ ਦੇ ਉੱਤੋਂ ਉਹਨੂੰ ਗਦਾਰੀਆਂ ਦੇ ਫਤਵੇ ਦੇ ਲੱਗਦੇ ਰਹੇ, ਅਸੀਂ ਉੱਥੇ ਟੋਕੇ ਕਿਹਾ ਉਹ ਸਾਡਾ ਬੱਚਾ, ਅਸੀਂ ਲਿਆਵਾਂਗੇ ਉਹਨੂੰ, ਅਸੀਂ ਖੜੇ ਉਹਦੇ ਨਾਲ। ਕੌਮ ਦਾ ਹੀਰਾ ਨੌਜਵਾਨ ਨੇ, ਅਸੀਂ ਇਹਨਾਂ ਦੇ ਠੇਕੇਦਾਰ ਅਸੀਂ ਹਾਂ, ਅਤੇ ਫਿਰ ਅੱਜ ਉਹਨਾਂ ਦੇ ਸਵਾਲਾਂ ਦਾ ਜਵਾਬ ਸਾਡੇ ਸਾਹਮਣੇ ਮਿਲ ਗਿਆ। ਉਹਦੇ ਵਿੱਚ ਐਸਾ ਕੀ ਸੀ, ਉਹ ਪੰਜਾਬ ਦੀ ਕੌਮ ਨੂੰ ਬਚਾਉਣਾ ਚਾਹੁੰਦਾ ਸੀਗਾ, ਉਹ ਪੰਜਾਬ ਦੀ ਜਵਾਨੀ ਕਿਸਾਨੀ ਨੂੰ ਬਚਾਉਣਾ ਚਾਹੁੰਦਾ ਸੀ, ਉਹ ਪੜ੍ਹਿਆ ਲਿਖਿਆ ਨੌਜਵਾਨ ਸੀ, ਐਡਵੋਕੇਟ ਰਿਹਾ, ਉਹਨੇ ਸਾਰਾ ਕੁਝ ਸਮਝ ਲਿਆ, ਪੜ੍ਹ ਲਿਆ, ਸਾਡੇ ਸਮਝ 'ਚ ਨਹੀਂ ਆਇਆ ਵੀ ਉਹ ਕੀ ਕਹਿਣਾ ਚਾਹੁੰਦਾ, ਅਸੀਂ ਉਹਦੇ ਗੱਲਾਂ ਨੂੰ ਹਲਕੇ 'ਚ ਲੈ ਲੈਂਦੇ ਸੀ, ਸਮਝ ਨਹੀਂ ਸਕੇ। ਸਾਡੀ ਕੌਮ ਦੀ ਆਹੀ ਤਰਾਸਦੀ ਰਹੀ ਆ ਵੀ ਜਦੋਂ ਕੋਈ ਕੌਮ ਦੀ ਗੱਲ ਕਰਦਾ, ਪੰਥ ਦੀ ਗੱਲ ਕਰਦਾ, ਜਿਹੜੇ ਸਾਡੇ ਦੁਸ਼ਮਣ ਨੇ ਉਹ ਚਾਰ ਨੂੰ ਕਾਮਯਾਬ ਨਹੀਂ ਹੋਣਦੇ, ਫਿਰ ਜਦੋਂ ਉਹ ਬੰਦਾ ਚੱਲਿਆ ਜਾਂਦਾ ਆਹੀ ਕੌਮ ਦੀ ਤਰਾਸਦੀ ਆ, ਫਿਰ ਅਸੀਂ ਰੋਂਦੇ ਹਾਂ, ਜਿਹੜਾ ਅਸੀਂ ਧਾਹਾਂ ਮਾਰਦੇ ਹਾਂ, ਜਿਹੜੇ ਨੌਜਵਾਨਾਂ ਨੂੰ ਮਿਲਿਆ ਉਹਨਾਂ ਨੇ ਤਾਂ ਮਾਰਨੇ,
ਜਿਨ੍ਹਾਂ ਨੂੰ ਅਜੇ ਤੱਕ ਉਹ ਮਿਲਿਆ ਵੀ ਨਹੀਂ ਕਦੇ ਗੱਲਬਾਤ ਨਹੀਂ ਉਹ ਵੀ ਰੋਂਦੇ ਨੇ ਤਲਵੇ ਚੜ੍ਹਦੇ ਫਿਰਦੇ ਉਹਨਾਂ ਨੂੰ ਤਾਂ ਕੁਛ ਨਹੀਂ ਹੋਇਆ ਉਸ ਨੌਜਵਾਨ ਨੇ ਚੰਗਾਰੀ ਜਿਹੜੀ ਨੌਜਵਾਨਾਂ ਦੇ ਵਿੱਚ ਲੱਟ ਲੱਟ ਮਾਰਦੀ ਸੰਤਾਂ ਤੋਂ ਬਾਅਦ ਫਿਰ ਅਸੀਂ ਸੋਚ ਨੂੰ ਜੇ ਉਹ ਸਾਡੇ ਕੋਲ ਸੀਡ ਕਰਕੇ ਖੋਲ੍ਹ ਸਕਦੀ ਹੈ ਸਰਕਾਰ ਪਰ ਅਸੀਂ ਉਹਦੀ ਕੌਮ ਨੂੰ ਜ਼ਿੰਦਾ ਰੱਖਾਂਗੇ ਮਰਦੇ ਦਮ ਤੱਕ ਉਹਦੀ ਸੋਚ ਤੋਂ ਪਹਿਲਾਂ ਦੇਵਾਂਗੇ ਉਸ ਨੇ ਇੱਕ ਸੋਢੀ ਜਥੇਬੰਦੀ ਬਣਾਈ ਸੀ ਵਾਰਸ ਪੰਜਾਬ ਦੀ ਅਸੀਂ ਉਹਨੂੰ ਘਰ ਘਰ ਲੈ ਕੇ ਜਾਵਾਂਗੇ ਘਰ ਘਰ ਵਾਰਸ ਪੰਜਾਬ ਦੇ ਪੈਦਾ ਕਰ ਦਿਆਂਗੇ ਜੇ ਕੁਲਦੀਪ ਸਿੰਘੂ ਸੰਤੋਂ ਸਰਕਾਰਾਂ ਨੇ ਖੋਲ੍ਹਿਆ ਤਾਂ ਅਸੀਂ ਸਰਕਾਰਾਂ ਨੂੰ ਕਹਿੰਦੇ ਹਾਂ ਚੈਲੇਂਜ ਕਰਦੇ ਹਾਂ ਕਿ ਅਸੀਂ ਘਰ ਘਰ ਦੀਪ ਸਿੱਧੂ ਪੈਦਾ ਕਰ ਦਿਆਂਗੇ ਉਹਦੀ ਸੋਚ ਨੂੰ ਘਰ ਘਰ ਰੱਖ ਜਾ ਦਿਆਂਗੇ ਮੁੱਢਲੇ ਕਿਹੜੇ ਨੌਜਵਾਨ ਦੇ ਵਿੱਚ ਪੁੱਜਣ ਨਹੀਂ ਦੇਵਾਂਗੇ ਬਾਬਾ ਜੀ ਉਹਨਾਂ ਦੀ ਸ਼ਹੀਦੀ ਦੀ ਜੋ ਸਾਜਿਸ਼ ਰਚੀ ਗਈ ਆ ਜਾਂ ਹੋਈ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਸਭ ਨੂੰ ਪਤਾ ਵੀ ਸਾਡੇ ਨੌਜਵਾਨ ਨੂੰ ਕਤਲ ਕੀਤਾ ਗਿਆ ਦਿਨ ਦਿਹਾੜੇ ਸਰਕਾਰਾਂ ਸਾਨੂੰ ਕੋਈ ਆਸ ਨਹੀਂ ਵੀ ਸਾਨੂੰ ਉਹ ਮੁਲਜ਼ਮ ਲੱਭ ਕੇ ਦੇ ਦੇਣਗੀਆਂ ਹੁਣ ਮੈਂ ਸਿੱਖ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਸਾਡੇ ਵਿੱਚ ਪੜ੍ਹੇ ਲਿਖੇ ਨੌਜਵਾਨ ਨੇ ਬੁੱਧੀਜੀਵੀ ਨੇ ਜਿਹੜੇ ਬੁੱਧੀਜੀਵੀ ਨੇ ਜਿਹੜੇ ਵਿਦਵਾਨ ਨੇ ਜਿਹੜੇ ਚੰਗੇ ਸਾਡੇ ਸਿੱਖ ਜੱਗ ਵੀ ਹੋਣਗੇ ਅਪੀਲ ਵੀ ਹੋਣਗੇ ਉਹਨਾਂ ਦਾ ਇੱਕ ਪੈਨਲ ਬਣਾਇਆ ਜਾਵੇ ਜਿਹੜਾ ਇਹ ਹਾਦਸਾ ਨਹੀਂ ਜਾਣ ਕੇ ਕਰਵਾਇਆ ਗਿਆ ਇਹ ਜਿਹੜਾ ਸੱਚ ਆ ਕਤਲ ਤਾਂ ਕਿ ਸਾਡੀ ਕੌਮ ਦੇ ਸਾਹਮਣੇ ਸਾਨੂੰ ਤਾਂ ਪਤਾ ਲੱਗ ਸਕੇ ਏਜੰਸੀਆਂ ਥੋੜ੍ਹਾ ਦੱਸਣਾ ਸਰਕਾਰਾਂ ਨੇ ਥੋੜ੍ਹਾ ਦੱਸਣਾ ਸਾਨੂੰ ਤਾਂ ਆਪਣੀ ਕੌਮ ਦੱਸਦੇ ਨਾ ਇੱਕ ਪੈਨਲ ਬਣਾਉਣਾ ਚਾਹੀਦਾ ਉਹਦੀ ਜਾਂਚ ਹੋਵੇ ਘੱਟ ਤੋਂ ਘੱਟ ਸਾਨੂੰ ਕੌਮ ਨੂੰ ਤਾਂ ਪਤਾ ਲੱਗ ਜਾਵੇ ਤੁਹਾਡਾ ਬੰਦਾ ਕਤਲ ਕਰਿਆ ਯਾਰ ਦਿਨ ਦਿਹਾੜੇ ਇਹਨਾਂ ਨੇ ਮਾਰਿਆ ਘੱਟ ਤੋਂ ਸਾਨੂੰ ਇਹ ਤਾਂ ਪਤਾ ਲੱਗਦੇ ਨਾ ਇਹ ਪੈਨਲ ਅਸੀਂ ਤਿਆਰ ਕਰਾਂਗੇ ਦੂਸਰਾ ਨੰਬਰ ਦੀਪ ਸਿੱਧੂ ਸਾਰਿਆਂ ਦੇ ਦੀਪ ਬਣ ਕੇ ਸਾ ਗਿਆ ਗਿਆ ਨਹੀਂ ਕਿਤੇ ਅਤੇ ਸਾਨੂੰ ਉਹਦੀ ਸੋਚ 'ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਉਹਦੀ ਸੋਚ ਘਰ ਘਰ ਪਹੁੰਚਣੀ ਚਾਹੀਦੀ ਆ ਬਾਬਾ ਜੀ ਅੱਜ ਦੇ ਹੋਏ ਇਕੱਠ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਅੱਜ ਦਾ ਇਕੱਠ ਉਹ ਅੱਜ ਜਾਗਦੀਆਂ ਜ਼ਮੀਰਾਂ ਵਾਲੇ ਨੇ ਆਏ ਨੇ ਡੇਢ ਦੋ ਸਾਲਾਂ ਦੇ ਵਿੱਚ ਜਿਹੜਾ ਉਹ ਕੰਮ ਕਰਨ ਗਿਆ ਸੀ ਮੈਂ ਕਿਹਾ ਜਿਹਦੇ ਸਾਡਾ 700 ਸਾਲ ਤੋਂ ਨਹੀਂ ਹੋਇਆ ਉਹਨੇ ਉਹ ਕੰਮ ਕਰਤਾ ਜਿਹੜਾ ਲੱਖਾ ਸਿਧਾਣਾ ਉਹ ਸਿਰਫ ਸਮਾਜ ਸੇਵੀ ਅਤੇ ਪੰਜਾਬ ਦੇ ਕੰਮਾਂ ਤੱਕ ਸੀਮਤ ਆ ਉਹਨੂੰ ਇੱਧਰ ਐਡਾ ਗਿਆਨ ਨਹੀਂ ਜਿਹੜਾ ਦੀਪ ਸਿੱਧੂ ਨੂੰ ਸੀ ਜਿਹੜੀਆਂ ਗੱਲਾਂ ਦੀਪ ਸਿੱਧੂ ਕਰਦਾ ਸੀ ਉਹ ਲੱਖਾ ਸਿਧਾਣਾ ਨਹੀਂ ਕਰਦਾ ਮੈਂ ਕਹਿੰਦਾ ਵੀ ਜਿਹਦੇ ਕੋਲ ਉਹ ਗਿਆ ਉਹ ਤਾਂ ਆਪਣਾ ਬਣਾਉਣਾ ਹੀ ਸੀਗਾ ਜਿਹਦੇ ਕੋਲ ਉਹ ਗਿਆ ਵੀ ਨਹੀਂ ਜਿਹਨਾਂ ਨੇ ਉਹਦੀਆਂ ਸਪੀਚਾਂ ਸੁਣਨੀਆਂ ਉਹ ਵੀ ਉਹਦਾ ਬਣ ਗਿਆ ਲੰਬਾ ਸਮਾਂ ਮਤਲਬ ਕਿ ਤੁਹਾਨੂੰ ਨੇੜੇ ਰਹਿਣ ਦਾ ਸਮਾਂ ਉਹਨੇ ਮੈਨੂੰ ਇੱਕ ਲਾਸਟ ਸੁਨੇਹਾ ਹੀ ਦਿੱਤਾ ਸੀਗਾ ਜਦੋਂ ਅਸੀਂ ਬੈਠੇ ਇਸੇ ਗੱਡੀ ਦੇ ਵਿੱਚ ਜਿਹੜਾ ਐਕਸੀਡੈਂਟ ਹੋਇਆ ਦਰਾਹੇ ਨਹਿਰ ਦੇ ਪੁਲ ਦੇ ਘੰਟਾ ਬੈਠੇ ਰਹੇ ਹਾਂ ਉਹਦਾ ਡਰਾਈਵਰ ਚਾਹੁੰਦਾ ਪੁੱਛੋ ਵੀ ਮੈਂ ਬਾਬਾ ਜੀ ਲੋਕ ਮੈਨੂੰ ਤਾਹਨੇ ਮਾਰਦੇ ਨੇ ਕਹਿੰਦੇ ਨੇ ਤੂੰ ਗੁਰਸਿੱਖ ਨਹੀਂ ਹੈਗਾ ਇਹ ਵੱਡਾ ਲੀਡਰ ਬਣਿਆ ਕਰਦਾ ਮੈਂ ਕਿਹਾ ਗੁਰੂ ਦਾ ਨਾਮ ਸਿੱਖਾਂ ਮੇਰੇ ਹੱਥੇ ਦੇ ਵਿੱਚ ਸੰਤਾਂ ਦੀ ਸੋਚ ਦਾ ਬਸਦੀ ਆ ਮੈਂ ਮਾਨਸਿਕ ਗੁਲਾਮੀ ਦੇ ਵਿੱਚ ਉਹਨਾਂ ਲੋਕਾਂ ਨੌਜਵਾਨਾਂ ਨੂੰ ਕੱਢਣਾ ਚਾਹੁੰਦਾ
जो संतान ने कहा मानस गुलामी साढ़े पैनी आ जी अमृत की बात गल रही दाढ़ी कहते मैं कोई नहीं गुरु साहब मेरे कृपा कर मैं भी सब लूँगा मैं भी आ जाऊँगा गुरु साहब का कृपा पर मेरा मैं अदाकार हाँ मेरी नैन लहदा पर मैं सिखी समर्पित हाँ गुरु साहब न समर्पित हाँ मेरी बेनती उन्हें मैंने अगे कहा भी तुम नौजवानों कहो साडा असर होगा क्योंकि तुम बाणी के बाणी के धारने कि नौजवानों दस्ताना सजाओ अमृत सको गुरु वाले बनो ये नौजवानों ने प्रचार कर जी सोच आ उन्होंने कैम रखा मरण नहीं दिते आप मर जाएंगे ना साडा दीप विकया ना वो झुकया ना वो डरिया ना अभी डरना ना बिकना कौम जानती है पहला भी मोर्चा फतेह करके आया ना बिकया ना झुकया डरिया हूँ भी ना बिकांगे ना झुकांगे हम कौम ने फैसला करना भी असं साथ की देना जो कौम की त्रासदी रही है जो कोई बंदा चले जाता फिर असं ढाहा मार के रोने तो हम कौम के हीरे पछाण अभी कर करते विष्णु पैदा कर बहुत बड़ी गुरु साहब ने कृपा करी है गुरु साहब की कृपा ही हुई है जे जिता सारे जानते हैं लड़ाई है जिन्हें किसान की समस्या ने जीडिया कोई जिम्मे कुछ अंदोलन के व्डा प्रभाव सरकार ने पे देखो जो हम दिल्ली दरबार बट्टे चट्टे चाहते फिर फिर सरकार जो समझौते होता ही करे हम अभी नहीं समझौता कर रहे आपका काम करता आने वाले समय सा अभी फिर भी जो जिनी साड़ी सेवा होने अभी गुरु साहब के चरणों के बच्चे रखे करा सरकार कितने जाती है जी जो पास की गल करेगा जी होना पवेगा तो जो सरकार अंत भी यही हो ही अज सारे सलामिया जो संजना सिंह सूरत से खड़े आगे तो भी जो भी संजना सिंह जी सूरत से खड़े आ उन्होंने सलामिया हो रही है मिसाल है लोगों की किमें तुसी दीप सिद्धू जी सोच ते खड़ोगे संजना सिंह पंडा की सोच ते खड़ोगे धन्यवाद जी लीडरशिप जी नौजवानों की भावनाओं समझेगी नौजवानों सही अगुवाई देगी कदों उन्होंने ईमानदारी खड़ी होगी ये सारिया चीजा कौम के हक के नहीं सी इस अलावा पंजाब की जगह गल करिए पंजाब की बड़ी बेबाकी ਆ ਦੇਣਾ ਬਾਈਆਂ ਨੇ ਆਪਾਂ ਸਾਹ ਦਾ